ਹਾਦੋ ਜੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਿਆ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ ਪੰਸਾ ਸਵਾਗਤ ਜੀ ਸਸਕਾਰ ਪੰਸਾ ਭਾਰਤ ਵਿੱਚ ਇਸ ਵੇਲੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਦੂਸਰੇ ਪਾਸੇ ਇੱਕ ਤਰ੍ਹਾਂ ਨੂੰ ਉੱਪਰ ਚੋਕਾਂ ਲਈ ਤੇ ਦੂਸਰੇ ਤਰ੍ਹਾਂ ਨੂੰ ਹੇਠਾਂ ਵੱਲ ਕਰਨ ਦੀਆਂ ਵੀ ਖਬਰਾਂ ਆ ਰਹੀਆਂ ਨੇ ਚਰਚਾ ਤੇ ਹਮਲੇ ਹੋ ਰਿਹਾ ਹੈ ਸੁਪਰੀਮ ਕੋਰਟ ਨੇ ਕਿਵੇਂ ਦਿੱਖਦੇ ਆ ਦੇਖੋ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਗਿਆ ਕਾਫੀ ਚਿਰਦਾ ਗਿਆ ਸੀ ਉਹਦੇ ਉੱਤੇ ਵਿਚਾਰ ਹੁੰਦੇ ਪਏ ਇਸ ਕੇਸ ਦਾ ਸਾਡੇ ਪੰਜਾਬ ਦੀਆਂ ਘਟਨਾਵਾਂ ਜੀ ਜਬ ਪੱਟੀ ਚ ਜਿਹੜੀ ਚਰਚ ਵਿੱਚ ਪੰਨ ਤੋੜੀ ਉਹਦੇ ਨਾਲ ਕੋਈ ਸਬੰਧ ਨਹੀਂ ਉਹ ਮਸਲਾ ਵੈਸੇ ਹਾਈ ਕੋਰਟ ਚ ਪਹੁੰਚ ਗਿਆ ਜੀ ਸਰਕਾਰ ਦੋਸ਼ੀਆਂ ਨੂੰ ਲੱਭਦੀ ਪਈ ਆ ਪਰ ਇਹਦਾ ਸੁਪਰੀਮ ਕੋਰਟ ਦੇ ਕੇਸ ਨਾਲ ਕੋਈ ਸਬੰਧ ਨਹੀਂ ਜੀ ਸਪਰੀਮ ਕੋਰਟ ਵਿੱਚ ਕੇਸ ਸੀਗਾ ਕਿ ਸਾਰੇ ਭਾਰਤ ਵਿੱਚ ਈਸਾਈ ਚਰਚਾਂ ਤੇ ਔਰ ਈਸਾਈ ਸੰਸਥਾਵਾਂ 'ਤੇ ਹਮਲੇ ਹੋ ਰਹੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਈਸਾਈਆਂ ਦੇ ਪ੍ਰਚਾਰਕਾਂ 'ਤੇ ਹਮਲੇ ਅੱਡ-ਅੜ ਥਾਵਾਂ 'ਤੇ ਹੋ ਰਹੇ ਇਹ ਕਹਿ ਕੇ ਕਿ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਜ਼ਬਰਦਸਤੀ ਆਪਣੇ ਧਰਮ ਚਿਰਲੋਂਦੇ ਹਰ ਇੱਕ ਨੂੰ ਦੂਸਰੇ ਦਾ ਨੁਕਸ ਦਿਖਦਾ ਹੁੰਦਾ ਆਪਣਾ ਨੁਕਸ ਕੋਈ ਨਹੀਂ ਦੱਸਦਾ ਇਦਾਂ ਦੇ ਬਾਹਰ ਜਾਓ ਤੇ ਦੋਸ਼ ਸਾਡੇ ਤੇ ਵੀ ਬਹੁਤ ਲੱਗਦੇ ਕਈ ਕਿਸਮ ਦੇ ਲੱਗਦੇ ਨੇ ਹੋਰ ਤਾਂ ਹੋਰ ਘੱਟੋ-ਘੱਟ 4 ਥਾਵਾਂ ਤੇ ਵਿਦੇਸ਼ਾਂ ਵਿੱਚ ਇੱਕ ਥਾਂ ਤੇ ਇੰਗਲੈਂਡ ਵਿੱਚ ਤੇ 3 ਥਾਵਾਂ ਤੇ ਅਮਰੀਕਾ 'ਚ ਨਾਰਥ ਅਮਰੀਕਾ 'ਚ ਇਹ ਦੋਸ਼ ਲੱਗ ਚੁੱਕੇ ਆ ਕਿ ਉੱਥੇ ਧਾਰਮਿਕ ਸਥਾਨ ਬਣਾਉਣ ਵਾਸਤੇ ਪੰਜਾਬ ਤੋਂ ਹਿੰਦੂ ਧਰਮ ਦੇ ਪ੍ਰਚਾਰਕਾਂ ਨੇ ਜਿਹੜੇ ਵਲੰਟੀਅਰ ਉੱਥੇ ਲਿਆਂਦੇ ਉਹਨਾਂ ਦੇ ਪਾਸਪੋਰਟ ਲਕਾ ਲਏ ਤੇ ਉਹਨਾਂ ਨੂੰ ਬਹੁਤ ਥੋੜੇ ਪੈਸੇ ਦੇ ਕੇ ਸਿਰਫ ਰਾਸ਼ਨ ਪਾਣੀ ਤੇ ਇੱਕ ਇੱਕ ਕੋਠੜੀ ਚ 8 8 10 10 ਜਣੇ ਰੱਖ ਕੇ ਤੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਸੀ ਉਹ ਗੱਲ ਉੱਥੋਂ ਦੀਆਂ ਏਜੰਸੀਆਂ ਤੱਕ ਗਈ ਤੇ ਕਹਤਾਂ ਜੀ ਇਹ ਵਰਕਰ ਨਹੀਂ ਇਹ ਵਲੰਟੀਅਰ ਨੇ ਜੀ ਇਹ ਗੱਲ ਸਾਡੇ ਸਿੱਖ ਧਰਮ ਬਾਰੇ ਵੀ ਗਈ ਕਿ ਉੱਥੇ ਗਏ ਕੁਝ ਪ੍ਰਚਾਰਕਾਂ ਨੂੰ ਕੀਰਤਨੀਆਂ ਨੂੰ ਕੁਝ ਸੰਸਥਾਵਾਂ ਨੇ ਸੱਦਿਆ ਤੇ ਫਿਰ ਉਹਨਾਂ ਤੇ শিকੰਜਾ ਕੱਸਿਆ ਤੇ ਉਹਨਾਂ ਤੋਂ ਇਹੋ ਜੇ ਕੰਮ ਵੀ ਕਰਾਏ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਿਹੜੇ ਵਿਅਕਤੀ ਹੁੰਦੇ ਸਤਕਾਰਤ ਵਿਅਕਤੀ ਉਹਨਾਂ ਨੂੰ ਆਮ ਤੌਰ ਤੇ ਆਖੇ ਨਹੀਂ ਜਾਂਦੇ ਉਹਦੀ ਚਰਚਾ ਵੀ ਚੱਲੀ ਅਸੀਂ ਆਪ ਕੀ ਕਰਦੇ ਕੁਝ ਪਤਾ ਨਹੀਂ ਦੂਸਰੇ ਵੱਲ ਉਂਗਲਾਂ ਉਠਾਉਣੇ ਈਸਾਈਆਂ ਦੇ ਖਿਲਾਫ ਪ੍ਰਚਾਰ ਬਹੁਤ ਹੋ ਰਿਹਾ ਐਸ ਵੇਲੇ ਜੀ ਦੂਸਰਾ ਪੱਖ ਇਹ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਖਿਲਾਫ ਵੀ ਹਰ ਕਿਸਮ ਦਾ ਪ੍ਰਚਾਰ ਹੋ ਰਿਹਾ ਅੱਛਾ ਇਹ ਗੱਲ ਵੀ ਨੋਟ ਕਰਨੀ ਚਾਹੀਦੀ ਹੈ ਕਿ ਮੁਸਲਮਾਨ ਵੀ ਘਟ ਨਹੀਂ ਉਹ ਹਿੰਦੂਆਂ ਬਾਰੇ ਪ੍ਰਚਾਰ ਕਰ ਰਹੇ ਈਸਾਈ ਵੀ ਘਟ ਨਹੀਂ ਉਹ ਜਿੱਥੇ ਨਹੀਂ ਜਾਣਾ ਉੱਥੇ ਵੀ ਜਾ ਕੇ ਲੋਕਰ ਨੂੰ ਤੱਕੋ ਤੱਕੀ ਆਪਣੇ ਪਰਚੇ ਵੰਡੀ ਜਾਂਦੇ ਆ ਸਾਡਾ ਧਰਮ ਵਧੀਆ ਜੇ ਤੁਹਾਡਾ ਵਧੀਆ ਤੇ ਬਾਕੀ ਸਭ ਧਰਮ ਮਾੜੇ ਹੂੰ ਜੀ ਜਿਹੜੇ ਵੀ ਧਰਮ ਦੇ ਪ੍ਰਚਾਰਕਾਂ ਜਾਂ ਪੈਰੋਕਾਰਾਂ ਦੇ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਮੇਰਾ ਧਰਮ ਸਾਰਿਆਂ ਤੋਂ ਵਧੀਆ ਉਹ ਫਿਰ ਕਿਸੇ ਵੀ ਹੱਦ ਤੱਕ ਜਾ ਕੇ ਕਾਨੂੰਨ ਤੋੜਦਾ ਸਮਾਜ ਦੀ ਮਰਿਆਦਾ ਜਿਹੜੀ ਉਹਦੀ ਲੰਘਣਾ ਕਰਦਾ ਉਦਾਂ ਪੁੱਛੋ ਤੇ ਇੱਥੇ ਗੀਤ ਵੱਜਦੇ ਨੇ ਅੱਲਾ ਵੈਗਰੂ ਉੱਤੇ ਰਾਮ ਨਾਮ ਇੱਕੋ ਹੈ ਭਰਮਾਂ ਚ ਪੈ ਗਈ ਦੁਨੀਆ ਜੇ ਅੱਲਾ ਵੈਗਰੂ ਉੱਤੇ ਰਾਮ ਸਭ ਇੱਕੋ ਨੇ ਉਹ ਤਾਂ ਉੱਤੇ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਜੇ ਹੈਗਾ ਵੀ ਤੇ ਆਪੋ ਵਿੱਚ ਉਹਦਾ ਕੋਈ ਝਗੜਾ ਹੁੰਦਾ ਕਿ ਨਹੀਂ ਹੁੰਦਾ ਇੱਥੇ ਅੱਲਾ ਵਾਲੇ ਰਾਮ ਵਾਲਾਂ ਦੇ ਨਾਲ ਲੜਦੇ ਰਾਮ ਵਾਲੇ ਅੱਲਾ ਵਾਲਾਂ ਨਾਲ ਲੜਦੇ ਸਭ ਥਾਵਾਂ ਤੇ ਵਿੱਚੋਂ ਜਦੋਂ ਮੌਕਾ ਮਿਲਦਾ ਤੇ ਦੋਵੇਂ ਧਾਵਾਂ ਤੇਰਾ ਇਕੱਠੇ ਹੋ ਕੇ ਗੌੜ ਨਾਲ ਲੜਨਾ ਪਿੰਦੇ ਆ ਇਹ ਜਿਹੜਾ ਇਸ ਕ੍ਰਿਸਟਨ ਦਾ ਰੌਲਾ ਪਿਆ ਫਿਰਦਾ ਉਹ ਕੁਝ 94 ਦੇਸ਼ਾਂ ਚ ਸਾਰੀ ਦੁਨੀਆ ਚ ਨਹੀਂਗਾ ਜੀ ਸਾਡੇ ਭਾਰਤ ਵਿੱਚ ਇਹੋ ਹੀ ਰੌਲਾ ਜਿਹੜਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਤੇ ਉਹਨਾਂ ਆਖਿਆ ਸਾਡੇ ਚਰਚਾਂ ਤੇ ਹਮਲੇ ਹੋ ਰਿਹਾ ਭਾਰਤ ਸਰਕਾਰ ਦਾ ਸੋਲਿਸਟਰ ਜਨਰਲ ਉੱਥੇ ਸੀ ਉਹਨੇ ਉਸੇ ਉੱਠ ਕੇ ਆਖਿਆ ਜੀ ਇਹ ਸਭ ਝੂਠ ਹੈ ਕੋਈ ਹਮਲੇ ਨਹੀਂ ਹੋ ਰਹੇ ਦੂਜਿਆਂ ਨੇ ਆਖਿਆ ਕਿ ਅਖਬਾਰਾਂ ਦੀਆਂ ਖਬਰਾਂ ਲਿਖ ਕੇ ਇਹਨਾਂ ਨੇ ਪਟੀਸ਼ਨ ਕਰ ਦਿੱਤੀ ਹੈ ਤੇ ਅਖਬਾਰਾਂ ਦੀਆਂ ਖਬਰਾਂ ਦੀ ਵੀ ਪੰਨ ਤੋੜ ਕੀਤੀ ਹੈ ਜੇ ਤੋ ਇਹ ਕਹਿੰਦਾ ਨਾ ਕਿ ਇਹ ਜਿਹੜੀ ਪਟੀਸ਼ਨ ਆ ਇਹਦੇ ਵਿੱਚ ਕੁਝ ਝੂਠ ਆ ਤੇ ਅਸੀਂ ਆਖਣਾ ਸੀ ਹਾਂ ਪਟੀਸ਼ਨ ਸੁਧਣੀ ਚਾਹੀਦੀ ਜਦੋਂ ਨੇ ਆਖਿਆ ਸਾਰਾ ਝੂਠ ਆ ਤੇ ਸਾਨੂੰ ਇਹ ਕਹਿਣ ਚ ਕੋਈ ਝਿਜਕ ਨਹੀਂ ਕਿ ਭਾਰਤ ਸਰਕਾਰ ਦਾ ਸਲਿਸਟਰ ਜੋ ਕੁਝ ਸੁਪਰੀਮ ਕੋਰਟ 'ਚ ਬੋਲਿਆ ਉਹ ਵੀ ਸਾਰਾ ਝੂਠ ਆ ਜੀ ਇਹ ਕਿਦਾਂ ਕਿਹਾ ਜ਼ਹਰਤ ਭਾਰਤ ਵਿੱਚ ਘਟ ਗਣਤੀਆਂ ਤੇ ਹਮਲੇ ਨਹੀਂ ਹੁੰਦੇ ਹੁੰਦੇ ਪਿਆ। ਔਰ ਜਿੱਥੇ-ਜਿੱਥੇ ਵੀ ਇਹ ਘਟਗੰਤੀਆਂ ਤੇ ਹਮਲੇ ਹੋ ਰਿਹਾ ਉਹਨਾਂ ਨੂੰ ਮੁੜ ਕੇ ਲੋਕਲ ਪੁਲਿਸ ਵੀ ਸਮਾਜ ਵੀ ਸਰਕਾਰ ਵੀ ਮੰਨਣ ਤੋਂ ਨਾ ਕਰਦਾ। ਜੋਰਾਵਰਦਾ ਸੱਤੀ ਵੀ ਸੋ ਜਿਹਦੀ ਜਿਹੜੇ ਇਲਾਕੇ ਚ ਬਹੁਤ ਗੰਤੀ ਆ ਉਹ ਦੂਸਿਆਂ ਨੂੰ ਤੱਕਰੇ ਅੱਗੇ ਲਾਈ ਫਿਰਦਾ। ਜੀ। ਔਰ ਉਹ ਖੁੱਲ ਕੇ ਕਹਿੰਦੀ ਆ ਕਿਥੇ ਤੇ ਸਾਡੀ ਮਰਜ਼ੀ ਚੱਲੂ। ਇਹ ਜੋ ਕੁਝ ਹੁੰਦਾ ਪਿਆ ਇਹਦੇ ਉੱਤੇ ਸੁਪਰੀਮ ਕੋਰਟ ਨੇ ਸਨਵਾਈ ਕਰਦਿਆਂ ਪਟੀਸ਼ਨਰ ਜਿਹੜੇ ਉਹਨਾਂ ਦਾ ਪੱਖ ਵੀ ਸੁਣਾਇਆ ਜਿਹੜੇ ਕ੍ਰਿਸ਼ਨਾ ਵੱਲੋਂ ਆਏ ਸੀ ਭਾਰਤ ਸਰਕਾਰ ਦੇ ਸੋਲਿਸਟਰ ਨੂੰ ਵੀ ਪੂਰਾ ਮੌਕਾ ਦਿੱਤਾ ਉਹਦੇ ਬਾਅਦ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ ਤਸੱਲੀ ਨਹੀਂ ਹੋਈ ਉਹਨਾਂ ਨੇ ਭਾਰਤ ਸਰਕਾਰ ਨੂੰ ਆਖਿਆ ਸਾਰੇ ਸੂਬਿਆਂ 'ਚੋਂ ਬਕਾਇਦਾ ਰਿਪੋਰਟ ਪੰਗਾਓ ਔਰ 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਇਹ ਦੱਸੋ ਘਟਨਾਵਾਂ ਕਿੰਨੀਆਂ ਹੋਈਆਂ ਕੇਸ ਕਿੰਨੇ ਦਰਜ ਹੋਏ ਦੋਸ਼ੀ ਕਨੇ ਫੜੇ ਚਾਰਸ਼ਿਟ ਕਿੰਨੇ ਕੀਤੇ ਜੀ ਸਜ਼ਾ ਕਿਸੇ ਨੂੰ ਮਿਲੀ ਕਿੰਨੀ ਮਿਲੀ ਮੇਰੇ ਅਖਰ ਸੁਪਰੀਮ ਕੋਰਟ ਨੇ ਠੀਕ ਸਿਹਤ ਦੇ ਉੱਤੇ ਫੈਸਲਾ ਕੀਤਾ ਜੀ ਪਰ ਉਹ ਖਬਰ ਚੰਡੀਗੜ੍ਹ ਤੋਂ ਆ ਉੱਥੇ ਕੁਝ ਬੰਦੇ ਫੜੇ ਆ ਕਹਿੰਦੇ ਕਿ 558 ਏਕੜ ਜ਼ਮੀਨ ਸੀ ਤੇ ਉਹ ਜ਼ਮੀਨ ਉਹਨਾਂ ਨੇ ਧੋਖੇ ਨਾਲ ਆਪਣੇ ਨਾਂ ਤੇ ਕਰਵਾਈ ਹੈ ਆਪਣੇ ਨਾਂ ਕਰਵਾਈ ਸੀ ਜਾਂ ਕਿਸੇ ਦੇ ਨਾਂ ਤੇ ਕਰਵਾਈ ਸੀ ਕਹਾਣੀ ਕੀ ਹੈ ਪੂਰੀ ਪਿਛੇ ਦੇ ਸ਼ਾਇਦ ਪਿਛਲੇ ਮਹੀਨੇ ਦੀ ਗੱਲ ਹੈ ਪਿਛਲੇ ਤੋਂ ਪਿਛਲੇ ਦੀ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਦੋਵਾਂ ਨੇ ਜਾ ਕੇ ਰੇਡ ਕਰਾਇਆ ਤੇ ਕਹਿੰਦੇ ਸੀ 2.3000 ਪਤਾ ਨਹੀਂ ਕਿੰਨੇ ਸੋ ਏਕੜ ਜ਼ਮੀਨ ਜਿਹੜੀ ਉਹ ਨਜਾਇਜ਼ ਕਬਜ਼ਿਆਂ ਤੋਂ ਛੁਡਾਈ ਗਈ। ਜੀ 1100 ਏਕੜ ਦਾ ਕਬਜ਼ਾ ਤੇ ਇੱਕੋ ਕੰਪਨੀ ਕੋਲ ਸੀ। ਕੁਝ ਲੀਡਰਾਂ ਦੇ ਨਾਂ ਵੀ ਸੀ ਕਾਲੀਆਂ ਕਾਂਗਰਸੀਆਂ ਦੇ ਵੀ। ਬਦਨਾਮੀ ਬਹੁਤ ਹੋਇਸ। ਉਹ ਜਿਹੜਾ ਪਿੰਡ ਮਜਾਰੀਆਂਸ ਮੇਰੇ ਖਿਆਲ ਉਸੇ ਦਾ ਨਾਂ ਹੀ ਫੇਰਾ ਆ। ਬੰਦੇ ਦੋ ਫੜੇ ਗਏ ਜਿਲ੍ਹਾ ਪੰਚਕੂਲਾ ਚ ਚੰਡੀਗੜ੍ਹ ਦੇ ਚੜ੍ਹਦੇ ਪਾਸੇ ਪੰਚਕੂਲਾ ਉਹ ਹਰਿਆਣੇ ਦਾ ਉਦਾਂ ਦਾ ਟਾਉਨ ਹੈ ਜਿੱਦਾਂ ਦਾ ਚੰਡੀਗੜ੍ਹ ਦੇ ਦੱਖਣ ਵਾਲੇ ਪਾਸੇ ਨਾਲ ਲੱਗਦਾ ਸਾਡਾ ਮੋਹਾਲੀ ਹੈ ਉਹਨੂੰ ਤੁਸੀਂ ਹਰਿਆਣੇ ਦੀ ਮੋਹਾਲੀ ਕਹੋ ਉੱਥੋਂ ਦੋ ਬੰਦੇ ਫੜੇ ਗਏ ਉਹਨਾਂ ਨੇ ਕਿਸੇ ਵਕਤ ਜਦੋਂ ਪੰਜਾਬ ਸਾਂਝਾ ਹੁੰਦਾ ਸੀ ਉਦੋਂ ਇੱਧਰ ਆ ਕੇ ਵੇਖਿਆ ਕਿ ਪਿੰਡ ਦੀ ਜ਼ਮੀਨ ਹੈ ਜਿਹੜੀ ਜੰਗਲ ਦੇ ਨਾਲ ਲੱਗਦੀ ਲੱਗਦੀ ਐ ਸ਼ਾਮਲਾਟ ਜ਼ਮੀਨ ਐ ਉਹਨੂੰ ਪੰਨ ਤੋੜ ਕਰਕੇ ਜਾਲੀ ਮੁਖਤਾਰਨਾਮਿਆਂ ਦੇ ਨਾਲ 100 ਏਕੜ ਕਿਸੇ ਦੇ ਨਾਮ 30 ਏਕੜ ਕਿਸੇ ਦੇ ਨਾਮ 70 ਏਕੜ ਕਿਸੇ ਦੇ ਨਾਮ ਉਹਨਾਂ ਬੰਦਿਆਂ ਦੇ ਨਾਮ ਕਰ ਦਿੱਤੇ ਕਰਨ ਤੋਂ ਬਾਅਦ ਉਹਨਾਂ ਬੰਦਿਆਂ ਤੋਂ ਅੱਗੇ ਕਿਸੇ ਹੋਰ ਨੂੰ ਵਿਕਵਾ ਦਿੱਤੇ ਜਿਨ੍ਹਾਂ ਤੋਂ ਵਿਕਵਾਈ ਸੀ ਉਹਨਾਂ ਤੋਂ ਆ ਉਹਨਾਂ ਬੰਦਿਆਂ ਨੂੰ ਵੇਚ ਦਿੱਤੀ ਆ ਜਿਨ੍ਹਾਂ ਤੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰ ਛਡਾਉਂਦੀ ਪਈ। ਜਦੋਂ ਇਹ ਪੁਣਛਾਣ ਸ਼ੁਰੂ ਹੋਈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਾ ਕੇ ਤੇ ਕਬਜ਼ਾ ਛਡਾਇਆ ਤੇ ਪੰਚਾਇਤ ਮੰਤਰੀ ਨਾਲ ਆ ਤੇ ਪੁਲਿਸ ਹਵਲਾ ਪਹਿਲਾਂ ਨਾਲ। ਉਹਦੇ ਬਾਅਦ ਉਹਨਾਂ ਨੇ ਆਖਿਆ ਜੀ ਅਸੀਂ ਤੇ ਬਕਾਇਦਾ ਜ਼ਮੀਨਾਂ ਖਰੀਦੀਆਂ। ਇਹਦੀ ਫਿਰ ਪੁਣਛਾਣ ਸ਼ੁਰੂ ਹੋਈ ਵਿਜੀਲੈਂਸ ਵੱਲੋਂ। ਵੀ ਤੁਸੀਂ ਜਿਨ੍ਹਾਂ ਤੋਂ ਖਰੀਦੀਆਂ ਉਹਨਾਂ ਵੱਲ ਵੇਖੀਏ। ਉਹ ਬੰਦੇ ਲੱਭੇ ਉਹ ਲੱਭੇ ਹੀ ਨਹੀਂ। ਜਦੋਂ ਉਹਨਾਂ ਬੰਦਿਆਂ ਤੋਂ ਅੱਗੇ ਜਾ ਕੇ ਫੋੜਫੜੀ ਕੀਤੀ ਫਿਰ ਵਿਚਾਲੇ ਇੱਕ ਲਿੰਕ ਲੱਭ ਪਿਆ ਕਿ ਕੁਝ ਬੰਦੇ ਸੀ ਦੋ-ਦੋ ਚਾਰ-ਚਾਰ ਕਿੱਲੇ ਵਾਲੇ ਤੇ ਉਹਨਾਂ ਚੋਂ ਕਿਸੇ ਨੇ 20 ਕਿੱਲੇ ਕਿਸੇ ਨੇ 30 ਕਿੱਲੇ ਵਿੱਚ ਹੀ ਆਏ ਕਿੱਥੋਂ ਫਿਰ ਅਗਲੇ ਪਾਸੇ ਲਿੰਕ ਲੱਭਿਆ ਤੇ ਉਹ ਲਿੰਕ ਲੱਭਾ ਹੀ ਨਹੀਂ ਜਿੱਥੋਂ ਉਹਨਾਂ ਖਰੀਦੇ ਸੀ ਇਹਨਾਂ ਤੋਂ ਅਗਲੇ ਪਾਸੇ ਜਾ ਕੇ ਇੱਕ ਲਿੰਕ ਲੱਭ ਪਿਆ ਉਹ ਪੰਚਕੂਲੇ ਜ਼ਿਲ੍ਹੇ ਵਾਲੇ ਹਰਿਆਣੇ ਵਾਲੇ ਦੋ ਬੰਦੇ ਵੀ ਸਾਰੀ ਗੜਬੜ ਉਹਨਾਂ ਤੋਂ ਸ਼ੁਰੂ ਹੈ ਉਹਨਾਂ ਨੇ ਇਹੋ ਜਿਹੇ ਬੰਦਿਆਂ ਨਾਲ ਖਰੀਦੋਫਰੋਖਤ ਕੀਤੀ ਹੈ ਜੁੜੇ ਬੰਦੇ ਹੀ ਨਹੀਂ ਇਹਨੂੰ ਹੁਣ ਤੁਸੀਂ ਪੰਜਾਬ ਦੇ ਉਸ ਸਾਬਕਾ ਐਮਐਲਏ ਨਾਲ ਜੁੜੋ ਜਿਹਦੀ ਕਾਰ ਦਾ 2-3 ਦਿਨ ਪਹਿਲਾਂ ਅਸੀਂ ਕੇਸ ਵਿਚਾਰਿਆ ਸੀ ਜੀ ਕਿ ਨੰਗਲ ਲੱਕੇ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੈਂਬਰ ਨੇ ਧਾਰਮਿਕ ਸ਼ਖਸੀਅਤ ਨੇ 90000 ਰੁਪਏ ਨੂੰ ਕਿੱਲਾ ਕਿਉਂਕਿ ਬੰਜਰ ਜ਼ਮੀਨ ਸੀ ਉਹ ਖਰੀਦੀ ਤੇ 9 ਲੱਖ 90 ਹਜ਼ਾਰ ਨੂੰ 11 ਗੁਣੇ ਮੁੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਵੇਚੀ ਕਰੋੜਾ ਰੁਪਇਆ ਕਮਾਇਆ ਉਹਦੇ ਚੋਂ ਕਰੋੜ ਡੇਢ ਕਰੋੜ ਰੁਪਇਆ ਉਹਨੇ ਜਲੰਧਰ ਦੀ ਇੱਕ ਬੀਬੀ ਨੂੰ ਟਰਾਂਸਫਰ ਕੀਤਾ ਬੀਬੀ ਨੇ ਆਪਣੇ ਪਤੀ ਨੂੰ ਟਰਾਂਸਫਰ ਕੀਤਾ ਪਤੀ ਨੇ ਕਾਰਾਂ ਦੀ ਕੰਪਨੀ ਨੂੰ ਟਰਾਂਸਫਰ ਕੀਤਾ ਤੇ ਕਦ ਲਈ ਕੀਤਾ ਉਸ ਕੰਪਨੀ ਨੇ ਇੱਕ ਥਰਡ ਪਰਸਨ ਨੂੰ ਕਾਰ ਵੇਚੀ ਤੇ ਉਹ ਕਾਰ ਜਿਹੜੀ ਉਹ ਥਰਡ ਪਰਸਨ ਦਾ ਜਵਾਈ ਸਾਬਕਾ ਐਮ.ਐਲ.ਏ ਚਲਾਈ ਫਿਰਦਾ ਯਾਨੀ ਜਿਹੜਾ ਉਹ ਹੈਗਾ ਸ਼੍ਰੋਮਣੀ ਕਮੇਟੀ ਮੈਂਬਰ ਉਹਨੇ ਸਾਬਕਾ ਐਮ.ਐਲ.ਏ ਨੂੰ ਹਿੱਸਾ ਦੇਣਾ ਸੀ ਸਿੱਧਾ ਦੇਣ ਦੇ ਥਾਂ ਇਹ ਕਹਤਾ ਕਿ ਪੈਸੇ ਇੱਥੋਂ ਭੇਜੇ ਮਾਨਸਾ ਮਾਨਸਾ ਤੋਂ ਪੈਸੇ ਆ ਗਏ ਜਲੰਧਰ ਜਲੰਧਰ ਤੋਂ ਚਲੇ ਗਏ ਫਾਜ਼ਿਲਕਾ ਫਾਜ਼ਿਲਕਾ ਤੋਂ ਹੋਰ ਵਾਲੀ ਹੁਕਮ ਕਮਾ ਕੇ ਤੇ ਰੋਪੜ ਚਲੇ ਗਏ ਤਾਂ ਕਿ ਲਿੰਕ ਨਾ ਲੱਬੇ ਪਰ ਅੱਜ ਕੱਲ ਲਿੰਕ ਲੱਬ ਜਾਂਦੇ ਇਹ ਜਿਹੜੇ ਦੋ ਬੰਦੇ ਉੱਥੋਂ ਫੜ ਕੇ ਲਿਆਉਂਦੇ ਗਏ 558 ਏਕੜ ਜ਼ਮੀਨ ਹੈ ਇਹਦੇ ਕਨਾਲ ਗਿਣੋਂ ਤੇ ਜੇ 600 ਏਕੜ ਪੂਰੇ ਹੋਣ ਤੇ 684800 ਕਨਾਲ ਬਣਦੇ ਆ ਇਹਦੇ ਚੋ 2 ਏਕੜ ਘਟਿਆ ਉਹਦੇ 16 ਘਟਾ ਦਿਓ ਏਡਾ ਵੱਡਾ ਗੱਫਾ ਜਿਹੜਾ ਸੀ ਜਿਹੜੀ ਪੰਜਾਬ ਦਾ ਪੰਚਾਇਤ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਕਹਿੰਦਾ ਮੈਨੂੰ ਨਹੀਂ ਪਤਾ ਨਹੀਂ ਅੰਕੜੇ ਅੰਕੜੇ ਕਿੱਥੋਂ ਲੈ ਕਿੰਨੇ ਅੰਕੜੇ ਠੀਕ ਹੈ ਕਿੰਨੇ ਨਹੀਂ ਠੀਕ ਉਹਨੂੰ ਪਤਾ ਹੋ ਪਰ ਇਹ ਸੱਚੀ ਗੱਲ ਹੈ ਕਿ 1950-51 ਚ ਪੰਚਾਇਤਾਂ ਕੋਲ ਜਿੰਨੀਆਂ ਜ਼ਮੀਨਾਂ ਸਨ ਤੇ ਜਿੰਨੀਆਂ ਸ਼ਾਮਲਾਟਾਂ ਸਨ ਅੱਜ ਉਹਦਾ 10ਵਾਂ ਹਿੱਸਾ ਨਹੀਂ ਰਿਹਾ ਗਿਆ ਬਾਕੀ ਐਦਾਂ ਹੀ ਇਥੋਂ ਉਧਰ 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 ਤਿੰਨ ਚੌਪਾਸਿਆਂ ਤੋਂ ਕਮਾਣੀਆਂ ਦੇ ਕੇ ਠੱਗਾ ਚੋਰਾਂ ਨੇ ਸਾਂਭ ਲੀਆਂ ਜੋ ਸਾਰੀਆਂ ਜਾਇਦਾਦ ਦਾ ਛਡਾਈਆਂ ਜਾਣ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਲੋਕ ਖੁਸ਼ਹਾਲ ਹੋ ਸਕਦੇ ਆ ਜੀ ਪਰ ਇਹਦੇ 'ਚ ਇਹ ਖਿਆਲ ਰੱਖਣਾ ਚਾਹੀਦਾ ਕਿ ਕੱਲ ਨੂੰ ਸਰਕਾਰ ਦੇ ਉੱਤੇ ਅਫਸਰਾਂ ਦੇ ਉੱਤੇ ਜਾਂ ਮੰਤਰੀ ਦੇ ਉੱਤੇ ਕਿਸੇ ਕਿਸਮ ਦੇ ਪੱਖਪਾਤ ਦਾ ਜਾਂ ਨਿੱਜੀ ਕਿੜਾ ਕੱਢਣ ਦਾ ਕੋਈ ਦੋਸ਼ ਨਾ ਲੱਗੇ ਅੱਗੇ ਰਾਜਨੀਤਿਕ ਤੌਰ ਤੇ ਹੁਜੇ ਦੋਸ਼ ਲੱਗਦੇ ਰਹੇ ਲੇਕਿਨ ਇਹ ਹੁਣ ਵੀ ਸ਼ੁਰੂ ਹੋ ਗਿਆ ਇਹ ਖਿਆਲ ਰੱਖਣਾ ਚਾਹੀਦਾ ਕਿ ਸੱਚ ਸੱਚ ਰਵੇ ਉਹਦੇ ਚ ਕਿਸੇ ਕਿਸਨ ਦਾ ਕੋਈ ਤੜਕਾ ਨਾ ਲਾਇਆ ਜਾਵੇ ਜੀ ਤੇਲੰਗਾਨ ਦੇ ਮੁੱਖ ਮੰਤਰੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਮੁਲਾਕਾਤ ਹੋਈ ਹੈ ਪ੍ਰੋਫੈਸਰ ਇਸ ਮੁਲਾਕਾਤ ਨੂੰ ਕਿਵੇਂ ਦੇਖਦੇ ਆ ਕਿਤੇ ਗੱਠਜੋੜ ਵੱਡਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ 2024 ਦਾ ਮੁਕਾਬਲਾ ਜਾਂ ਫਿਰ ਕੋਈ ਹੋਰ ਕਾਰਨ ਸੀ ਗੇੜਾ ਕੱਢਣਗੇ ਸੀ ਕਹਿੰਦੇ ਉੱਧਰ ਵੀ ਮਿਲਿਆਉਂਦੇ ਆ ਇੱਥੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਮਨ ਚ ਹੈ ਕਿ ਪ੍ਰਧਾਨ ਮੰਤਰੀ ਬਣੀ ਹੈ ਜੀ ਬੀਬੀ ਮੰਮਤਾ ਬੈਨ ਜੀ ਸਮਝਦੀ ਹੈ ਕਿ ਜੇ ਜਿੱਦੀ ਟੱਕਰ ਨਰਿੰਦਰ ਮੋਦੀ ਨਾਲ ਮੈਂ ਲਈ ਕੋ ਲੈ ਸਕਦਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਮੈਂ ਹਰਵਿੰਦ ਕੇਜਰੀਵਾਲ ਦੀ ਪਾਰਟੀ ਕਿਸੇ ਨੂੰ ਸਪੋਰਟ ਕਰਨੋਂ ਤਿਆਰ ਨਹੀਂ ਪਰ ਜੇ ਕੋਈ ਸਪੋਰਟ ਕਰੇ ਤਾਂ ਲੈਣ ਨੂੰ ਹੁਣ ਤੋਂ ਹੀ ਤਿਆਰ ਹੈ ਅਜੇ ਬੜੀ ਦੂਰ ਹੈ ਚੋਣਾਂ 2024 ਚ ਪਰ ਉਹਦੇ ਬੰਦੇ ਹੁਣੇ ਕਹਿੰਦੇ ਆ ਜੀ ਕੇਜਰੀਵਾਲ ਉਮੀਦਵਾਰ ਹੋ ਸਕਦਾ ਜਿਹੜੇ ਯੂਪੀ 'ਚ ਬੈਠੇ ਨੇ ਪਿਓ ਪੁੱਤ ਮਲੈਮ ਸਿੰਘ ਯਾਦਵ ਤੇ ਅਖਲੇਸ਼ ਸਿੰਘ ਯਾਦਵ ਉਹ ਕਹਿੰਦੇ ਅਸੀਂ ਵੀ ਤਿਆਰ ਆਂ ਦੀ ਸਾਡੇ ਵੱਲੋਂ ਵੀ ਇੱਕ ਜਣਾ ਹੋ ਸਕਦਾ ਇੰtains ਕਈ ਹੋਰ ਨੇ ਕੁਝ ਇਹੋ ਜਿਹੇ ਗੁੱਸੇ ਮਾਰ ਕੇ ਬੈਠੇ ਹੋਣਗੇ ਜਿਨ੍ਹਾਂ ਦਾ ਨਾਂ ਹੀ ਨਹੀਂ ਹੁਣਾਉਂਦਾ ਤੇਲੰਗਾਨਾ ਦਾ ਮੁੱਖ ਮੰਤਰੀ ਕੇ ਚੰਦਰਸ਼ੇਖਰ Rao ਬਿਹਾਰ ਵਿੱਚ ਗਿਆ ਨतीश ਕੁਮਾਰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਮਿਲਿਆ ਫਿਰ ਤਿੰਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬਾਕੀ ਮੁੱਦੇ ਹੋ ਗਏ ਅਖੀਰ ਤੇ ਜਦੋਂ ਪ੍ਰੈਸ ਨੇ ਪੁੱਛਿਆ ਕਿ ਅਗਲੀ ਵਾਰੀ ਪ੍ਰਧਾਨ ਮੰਤਰੀ ਵਾਸਤੇ ਉਮੀਦਵਾਰ ਕੌਣ ਹੋਵੇਗਾ ਤੇ ਨतीश ਕੁਮਾਰ ਤੇ ਤੇਜਸਵੀ ਯਾਦਵ ਦੋਵੇਂ ਉੱਠ ਗਏ ਉਹ ਕਹਿੰਦੇ ਨੇ ਬਿੱਠੋ 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 ਉਹਨਾਂ ਨੂੰ ਪ੍ਰੈਸ ਨਾਲ ਗੱਲ ਕਰਨ ਲੱਪੇ ਫਿਰ ਨਾ ਕਰਨੇ ਚੁਲੀ ਕਰਨਾ ਕਹਿੰਦੇ ਭੇਜੋ ਕੋਈ ਨਹੀਂ ਯਾਨੀ ਉਹ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਹੋ ਸਕਦਾ ਵੱਡੀ ਕੁਰਸੀ ਵੱਲ ਉਹਦਾ ਵੀ ਦਿਲ ਕਰਦਾ ਹੋਵੇ ਨतीश ਕੁਮਾਰ ਨੂੰ ਪਤਾ ਕਿਹੋ ਜਿਹਾਵਾਦ-ਵਾਦ ਐਸ ਵੇਲੇ ਨਹੀਂ ਛੇੜਨਾ ਚਾਹੀਦਾ ਮੌਕਾ ਆਊ ਤੇ ਤਿਆਰ ਹੋ ਜਾਾਂਗੇ ਇੱਥੇ ਤਾਂ ਕਈ ਬੰਦੇ ਸਿਰੇ ਲਾਈ ਫਿਰਦੇ ਆ ਹਰ ਕੋ ਸੋਚਦਾ ਮੈਂ ਅੱਗੇ ਜਾਣਾ ਚਾਹੀਦਾ ਉਹ ਪਾਗਲਖਾਨੇ ਦੇ ਵਿੱਚ ਉਹ ਇੱਕ ਪਾਗਲ ਰੁੱਖ ਤੇ ਚੜਿਆ ਸੀ ਦੂਸਰਾ ਪੌੜੀਆਂ ਤੇ ਬੈਠਾ ਸੀ ਜਿਹੜਾ ਪੌੜੀਆਂ ਤੇ ਸੀ ਉਹ ਸਾਰੇ ਪਾਗਲਾਂ ਨੂੰ ਕਹਿੰਦਾ ਓਏ ਮੇਰੇ ਸਾਹਮਣੇ ਬੈਠ ਜੋ ਮੈਂ ਤੁਹਾਡਾ ਸਾਰਿਆਂ ਦਾ ਰਾਜਾ ਮੈਨੂੰ ਈਸ਼ਵਰ ਨੇ ਉੱਪਰੋਂ ਪ੍ਰਭੂ ਨੇ ਤੁਹਾਡਾ ਰਾਜਾ ਬਣਾ ਕੇ ਭੇਜਿਆ ਜਿਹੜਾ ਪਰੇ ਰੁੱਖ ਤੇ ਬੈਠਾ ਸੀ ਉਹ ਕਹਿੰਦਾ ਝੂਠ ਬੋਲਦਾ ਜੇ ਮੈਂ ਇਹਨੂੰ ਬਣਾਇਆ ਹੀ ਨਹੀਂ ਇਹਦਾ ਮਤਲਬ ਇਹ ਕਿ ਇਹ ਤੇ ਰਾਜਾ ਬਣਦਾ ਫਿਰਦਾ ਮੈਂ ਰੱਬ ਤੇ ਰੱਬ ਤੇ ਮੈਂ ਆ ਮੈਂ ਰਾਜੇ ਤੋਂ ਵੀ ਵੱਡਾ ਇੱਥੇ ਤੇ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਰੱਬ ਸਮਝਣ ਵਾਲੇ ਆ ਉਹ ਰਾਜਨੀਤੀ ਦੇ ਜਿਹੜੇ ਰੱਬ ਤੁਰੇ ਫਿਰਦੇ ਆ ਉਹਨਾਂ ਸਾਰਾਂ 'ਚ ਨਿਵੇੜਾ ਕੌਣ ਕਰੋ ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀ ਕਿ ਜਦੋਂ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਮੌਕਾ ਆਇਆ ਤੇ ਜਿੰਨੇ ਵੱਡੇ ਵੱਡੇ ਤੁਰੇ ਫਿਰਦੇ ਸੀ ਉਹ ਸਾਰੇ ਹੀ ਵੇਖਦੇ ਰਹਿ ਗਏ ਤੇ ਲਾਟਰੀ ਨਿਕਲਾਈ ਸੀ ਪਹਿਲਾਂ ਦੇਵਗੋੜਾ ਦੀ ਜਿਹਨੂੰ ਕੋਈ ਪੁੱਛਦਾ ਹੀ ਨਹੀਂ ਸੀ ਤੇ ਬਾਅਦ ਵਿੱਚ ਸੀਨੀਅਰ ਲੀਡਰਾਂ ਦੀ ਮੀਟਿੰਗ ਹੁੰਦੀ ਪਈ ਸੀ ਜਿਹਨੂੰ ਸੀਨੀਅਰ ਨੇ ਸੀ ਸਮਝਿਆ ਅੰਦਰ ਕਉਮਾਰ ਗੁਜਰਾਲ ਨੂੰ ਘਰ ਬੈਠਾ ਸੀ ਅਖੀਰ ਉਹਤੇ ਗੁਣਾ ਪੈ ਗਿਆ ਉਹਨੂੰ ਸੱਦ ਕੇ ਕਹਿੰਦੇ ਪ੍ਰਧਾਨ ਮੰਤਰੀ ਬਣ ਨਈ ਜੀ ਕਹਿੰਦਾ ਮੈਨੂੰ ਬਣ ਚ ਕੀ ਆ ਤੇ ਪ੍ਰਧਾਨ ਮੰਤਰੀ ਬਣ ਗਿਆ ਸੀ ਬਿਲਕੁਲ ਸੋ ਐਸ ਵੇਲੇ ਆ ਜਿਹੜੀਆਂ ਗੱਲਾਂ ਕਰਦੇ ਫਜ਼ੂਲ ਨੇ ਮੌਕਾ ਹੈ ਤੇ ਬਦਲ ਲਗੂ ਪਰ ਸਭ ਇਹ ਗੱਲ ਹੋਰ ਦੱਸਣ ਲੱਗਦੇ ਹਰ ਤੁਣ ਚਲੋ ਇੰਨਾ ਕੁਸਤਾ ਸਾਰਾ ਹੋ ਹੀ ਗਿਆ ਪੰਜਾਬ ਦੇ ਵਿੱਚ ਕਹਿੰਦੇ ਭਾਜਪਾ ਚ ਪਾਟਕ ਪੈਂਦਾ ਨਜ਼ਰ ਆ ਰਿਹਾ ਹੈ ਇਹ ਕਿੰਨਾ ਸੱਚ ਹੈ ਵੈਸੇ ਕਹਿੰਦੇ ਭਾਜਪਾ ਨੇ ਆਪਣੀ ਪੂਰੀ ਟੀਮ ਵੀ ਬਦਲ ਦਿੱਤੀ ਤੇ ਵਿਜ਼ਨ ਪੰਜਾਬ ਵੀ ਸ਼ੁਰੂ ਕੀਤਾ ਕੋਈ ਦੇਖੋ ਪੰਜਾਬ ਦੇ ਭਾਜਪਾ ਦੇ ਵਿੱਚ મતਭੇਦ ਪਹਿਲਾਂ ਵੀ ਰਹੇ ਆ ਔਰ ਉਹਨਾਂ મતਭੇਦਾਂ ਦੇ ਹੁੰਦਿਆਂ ਭਾਜਪਾ ਅਕਾਲੀ ਦਲ ਨਾਲ ਸਮਝੌਤੇ 'ਚ ਹੌਲੀ-ਹੌਲੀ ਮਾਰ ਖਾਂਦੀ ਪਛੜਦੀ ਗਈ ਪਛੜਦੀ ਗਈ ਪਛੜਦੀ ਗਈ ਜੀ ਇੱਕ ਮੌਕਾ ਇਹੋ ਜਿਹਾ ਆ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਸਭ ਤੋਂ ਸੀਨੀਅਰ ਲੀਡਰਸ਼ਿਪ ਮਨਰਿੰਜਨ ਕਾਲੀਆ ਕਾਲੀਏ ਦੇ ਮੁਕਾਬਲੇ ਅਕਾਲੀਆਂ ਨੇ ਇਹਨਾਂ ਦਾ ਇੱਕ ਮੰਤਰੀ ਜਿਹੜਾ ਸੀ ਉਹਨੂੰ ਚੁੱਕ ਦਿੱਤਾ ਉਹ ਹਰ ਮੀਟਿੰਗ 'ਚ ਹਰ ਸਿਆਸੀ ਕਾਨਫਰੰਸ ਸਟੇਜ ਦੇ ਉੱਤੇ ਖਲੋ ਕੇ ਮਨੋਰੰਜਨ ਕਾਲੀਏ ਦੇ ਖਿਲਾਫ ਹੀ ਬੋਲੀ ਜਾਇਆ ਕਰੇ ਹੋਰ ਕੁਝ ਨਹੀਂ ਇਹਨੂੰ ਪਤਾ ਸੀ ਕਿ ਉਹਨਾਂ ਚੁੱਕਿਆ ਉਸ ਬੰਦੇ ਨੂੰ ਫਿਰ ਜਦੋਂ ਇਹ ਥੋੜਾ ਜਿਹਾ ਕਾਲੀਏ ਚੁੱਪ ਕਰ ਗਿਆ ਬਾਦ ਵਿੱਚ ਇੱਕ ਮੌਕਾ ਇਹੋ ਜਿਹਾ ਆਇਆ ਕਿ ਉਹ ਬੰਦਾ ਆਪਣੇ ਆਪ ਨੂੰ ਸਮਝਣ ਲੱਗ ਪਿਆ ਕਿ ਮੈਂ ਬੜੀ ਵੱਡੀ ਚੀਜ਼ ਆ ਕਿਉਂਕਿ ਰਾਜਕਰ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੀ ਸ਼ਹਿ ਸੀ ਉਹ ਬਠਿੰਡੇ ਗਏ ਇੱਕ ਸਮਾਗਮ 'ਚ ਉੱਥੇ ਮੁੱਖ ਮੰਤਰੀ ਪਰਿਵਾਰ ਦੇ ਇੱਕ ਜੀ ਨੇ ਵੀ ਬੋਲਣਾ ਸੀ ਤੇ ਉਹਨੇ ਵੀ ਉਹ ਮੰਤਰੀ ਸੀ ਉਹਨੇ ਬਾਅਦ 'ਚ ਬੋਲਣਾ ਸੀ ਮੁੱਖ ਮੰਤਰੀ ਪਰਿਵਾਰ ਦਾ ਜੀ ਬੋਲਿਆ ਤੇ ਬੋਲ ਕੇ ਤੁਰ ਗਿਆ ਤੇ ਹਾਲ 'ਚ ਜਿੰਨੇ ਲੋਕ ਸੀ ਸਾਰੇ ਉਹਦੇ ਨਾਲ ਤੁਰ ਗਏ ਤੇ ਅਫਸਰ ਵੀ ਉਹਦੇ ਨਾਲ ਤੁਰ ਗਏ ਤੇ ਉੱਥੇ ਮਸਾਂ ਜੇ 300 ਬੰਦਾ ਹਾਲਵੇ ਸੀ ਤੇ ਉੱਥੇ 30 ਵੀ ਨਾ ਰਹਿ ਗਏ ਤੇ ਉਹ ਮੰਤਰੀ ੜਕ ਉੱਠਿਆ ਮੈਂ ਮੰਤਰੀ ਆ ਮੈਨੂੰ ਛੱਡ ਕੇ ਤੁਸੀਂ ਸਾਰੇ ਕਿੱਦਾਂ ਚਲੇਗੇ ਤੇ ਉਹਦੀ ਜਿਹੜੀ ੜਕਾਟ ਸੀ ਔਰ ਚੰਡੀਗੜ੍ਹ ਪਹੁੰਚੀ ਜਿਨ੍ਹਾਂ ਨੇ ਪਹਿਲਾਂ ਉਹਨੂੰ ਆਖਿਆ ਸੀ ਕਿ ਮਨਰंजन ਕਾਲੀਏ ਦੇ ਪਰ ਕ ਉਤਰਨੇ ਆ ਉਹਨਾਂ ਨੇ ਮੁੜ ਕੇ ਉਹਦੇ ਪਰ ਕ ਉਤਰਤੇ ਅਗਲੀ ਵਾਰੀ ਉਹਨੂੰ ਫਿਰ ਅਸੈਂਬਲੀ ਟਿਕਟ ਨਹੀਂ ਸੀ ਲੈਣ ਦਿੱਤੀ ਭਾਜਪਾ ਤੋਂ ਜੀ ਬਾਅਦ ਵਿੱਚ ਉਹਨਾਂ ਨੇ ਮਨਰंजन ਕਾਲੀਏ ਨੂੰ ਵੀ ਪਾਸੇ ਕਰਤਾ ਦੋਆਂ ਦੀ ਢਾਈ ਚ ਸੀ ਆਪ ਫਗਵਾੜੇ ਦੀ ਵਿਧਾਨ ਸਭਾ ਸੀਟ ਜਿਹੜੀ ਜਿੱਤੂ ਸੀਟ ਇਹਨਾਂ ਦੀ ਹੁੰਦੀ ਸੀ ਇਹਨਾਂ ਦੇ ਭਾਜਪਾ ਦੇ ਆਪਸੀ ਟਕਰਾਅ ਦੇ ਵਿੱਚ ਦੋ ਤਿੰਨ ਥਾਂ ਵੰਡੀ ਭਾਜਪਾ ਜਿਹੜੀ ਆ ਉਹਦਾ ਕਰਕੇ ਇਹਨਾਂ ਤੋਂ ਖੁੱਸ ਗਏ ਹੁਣ ਇਹਨਾਂ ਕੋਲ ਨਹੀਂ ਕਿਉਂਕਿ ਮਾਰ ਖਾਦੀ ਇਹਨਾਂ ਮਾਰ ਇਸ ਕਰਕੇ ਖਾਣ ਲੱਗ ਪਏ ਫਿਰ ਹੁਣ ਜਿੱਥੇ ਇੱਕ ਪਹੁੰਚੇ ਪਏ ਨੇ ਉਹ ਕੋਸ਼ਿਸ਼ ਕਰਦੇ ਪਏ ਕਿ ਪੰਜਾਬ ਵਿੱਚ ਕਾਂਗਰਸ ਤਾਂ ਅਜੇ ਤੱਕ ਪੰਜਾਬ ਵਿੱਚ ਹੈਗੀ ਹੈ ਬਾਕੀ ਸਮਾਂ ਤੇ ਰੁੱਟਦੀ ਜਾਂਦੀ ਹੈ ਜੀ ਜਿਹੜੀ ਹੈਗੀ ਆ ਇਹ ਚੋ ਕਿੰਨੇ ਲੀਡਰ ਹੈ ਜਿਨ੍ਹਾਂ ਨੂੰ ਭਾਜਪਾ ਨੇ ਕੁੰਡੀ ਪਾਈ ਤੇ ਉਹਨਾਂ ਨੇ ਚਲੇ ਜਾਣੇ ਮੈਨੂੰ ਪਤਾ ਨਹੀਂ ਪਰ ਉਹਨਾਂ ਦੀ ਵੱਡੀ ਲੜਾਈ ਇਹ ਹੈ ਕਿ ਅਕਾਲੀ ਦਲ ਦੇ ਵਿੱਚੋਂ ਜਿੰਨੇ ਖਿੱਚ ਸਕਦੇ ਆ ਖਿੱਚੀਏ ਤੇ ਅਗਲੀਆਂ ਪਾਰਲੀਮੈਂਟ ਚੋਣਾਂ ਤੱਕ ਇਹ 224 ਤੱਕ ਇਹ ਸਥਿਤੀ ਬਣਾ ਦਈਏ ਕਿ ਅਸੀਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੀ ਤਰ ਬਣ ਜੀ ਜੀ ਉਹਨਾਂ ਸੰਗਰੂਪ ਚ ਜਲਵਾ ਵਿਖਾਤਾ ਅਕਾਲੀਆਂ ਨੂੰ ਪਿਛਾੜ ਕੇ ਅੱਗੇ ਨਿਕਲ ਗਿਆ ਹੁਣ ਜਦੋਂ ਇਸ ਨੀਤੀ ਵਿੱਚ ਲੱਗੇ ਹੋਏ ਆ ਉਦੋਂ ਇਹ ਖਬਰਾਂ ਆਉਣ ਲੱਗ ਪੀਆਂ ਕਿ ਪੰਜਾਬ ਦੀ ਭਾਜਪਾ ਵਿੱਚ ਵੀ 파ਟਕ ਪੈ ਗਿਆ ਪੰਜਾਬ ਦੇ ਇੰਚਾਰਜ ਨੇ ਮੀਟਿੰਗ ਸੱਦੀ ਹੈ ਕੁਝ ਲੋਕਾਂ ਨੂੰ ਸੱਦਿਆ ਤੇ ਕੁਝ ਨੂੰ ਨਹੀਂ ਸੱਦਿਆ ਜਿਨ੍ਹਾਂ ਨੂੰ ਨਹੀਂ ਸੱਦਿਆ ਉਹ ਬੜਬੜ ਕਰਦੇ ਪਏ ਨੇ ਉਹ ਜਿਹੜੀ ਇਸ ਤਰ੍ਹਾਂ ਦੇ ਬੜਬੜ ਬੜਬੜ ਕਰਨਾ ਹੈ ਇੱਕ ਦੂਸਰੇ ਨਾਲ ਉਹਦਾ ਨਤੀਜਾ ਫਿਰ ਇਹ ਨਿਕਲਦਾ ਕਿ ਪਾਰਟੀ ਦੇ ਵਿੱਚ ਉੱਪਰੋਂ ਥੱਲੇ ਤੱਕ ਉਸ ਫੁੱਟ ਦੇ ਚਿੰਨ ਜਾਂਦੇ ਆ ਜੀ ਇਸ ਫੁੱਟ ਨੇ ਕਿਸੇ ਵਕਤ ਜਦੋਂ ਮਦਨਮੋਹਨ ਮਿੱਤਲ ਦਾ ਧੜਾ ਭਾਰਾ ਹੋਇਆ ਤੇ ਪੁਰਾਣੇ ਬਾਬੂ ਬਲਰਾਮਜੀਦਾਸ ਟੰਡਨ ਨੂੰ ਖੁੰਝੇ ਰਵਾਤਾ ਸੀ ਤੇ ਜਦੋਂ ਬਾਅਦ ਵਿੱਚ ਅਨਲ ਜੋਸ਼ੀ ਹੋਰੀ ਭਾਰੂ ਹੋਏ ਤੇ ਹੌਲੀ ਹੌਲੀ ਵਿਚਾਰਾ ਮਦਨ ਲਾਲ ਮਦਨਮੋਹਨ ਮਿੱਤਲ ਉਹ ਪਛੀ ਹਟ ਗਿਆ ਸੀ ਫਿਰ ਮਨਰੰਜਨ ਕਾਲੀ ਨੇ ਕੀ ਕੀਤਾ ਨਾਤਾ ਮਨਰੰਜਨ ਕਾਲੀਆ ਨੇ ਬੇਵਫਾਈ ਕੀਤੀ ਨਾ ਬਾਬੂ ਬਲਰਾਮਜੀਤ ਦਾ ਟੰਡਨ ਨੇ ਤੇ ਨਾਮਦਰ ਮੋਨ ਮਿੱਤਲ ਨੇ ਇਹਦੀ ਗੁੱਟਬੰਦੀ ਇਹਨੂੰ ਪਾਸੇ ਤੋਂ ਕੋਈ ਵਰਤਦਾ ਜੀ ਅੱਜ ਦੀ ਭਾਜਪਾ ਚ ਜਿੱਦਾਂ ਦੀ ਗੁੱਟਬੰਦੀ ਉੱਬਰਦੀ ਪਈ ਹੈ ਜੇ ਇਹਨਾਂ ਦੀ ਪਾਰਟੀ ਹਾਈ ਕਮਾਂਡ ਦਿੱਲੀੋਂ ਸੰਭਾਲ ਨਾ ਸਕੀ ਤੇ ਇਹ ਅਗਲੀਆਂ ਚੋਣਾਂ ਚ ਸੁਪਨੇ ਜੋ ਮਰਜੀ ਲੈਣ ਦਿੱਲੀ ਦੂਰਸਤ ਜਿਹਦਾ ਮੁਲਕ ਦੁੱਲਿਏ ਦੇ ਬਾਬਾ ਦੂਰ ਨੇ ਸੰਸਦ ਜੀ ਹਾਈ ਕਮਾਨ ਨੇ ਨਹੀਂ ਸੰਭਾਲਦਾ ਫਿਰ ਕਾਂਗਰਸ ਹਲ ਦਾ ਹਰਤ ਨਾ ਹੋ ਜੂਗਾ ਕਿਉਂਕਿ ਇੱਕ ਪਾਸੇ ਹੁਣ ਪ੍ਰਧਾਨ ਨਵਾਂ ਲਗਾਉਣਾ ਤੇ ਉਹਦੀ VOTING ਵੀ ਹੋਣੀ ਹੈ ਕਹਿੰਦੇ ਪਾਰਦਰਸ਼ਤਾ ਨਾਲ VOTING ਕਰਾਉਣੀ ਚਾਹੀਦੀ ਕੀ ਗੱਲ ਉਹਨਾਂ ਨੂੰ ਕੋਈ ਡਰ ਲੱਗਦਾ ਪਿਆ ਵਿੱਚ ਨਾਲੇ ਕਹਿੰਦੇ ਸੂਚੀ ਜਾਰੀ ਕਰ ਦਿਓ ਕਿਹੜਾ ਕਿਹੜਾ ਖੜਾ ਹੋਣ ਲੱਗਿਆ ਸੂਚੀ ਖੜੇ ਹੋਣ ਵਾਲਿਆਂ ਦੀ ਤੇ ਬਾਅਦ ਚਾਹੋਗੇ ਪਤਾ ਨਹੀਂ ਕੌਣ ਕੌਣ ਖਲੋਂਦਾ ਜੀ ਪਹਿਲਾ ਸਵਾਲ ਤਾਂ ਇਹ ਉੱਠ ਪਿਆ ਕਿ ਕਾਂਗਰਸ ਦੇ VOTER ਕਿਹੜੇ-ਕਿਹੜੇ ਆ ਜਿਨ੍ਹਾਂ ਨੇ ਪਾਰਟੀ ਪ੍ਰੈਜ਼ੀਡੈਂਟ ਵਾਸਤੇ VOT ਕਰਨੀ ਆ ਜੀ ਇਹ ਜਿਹੜੇ ਪਾਰਟੀ ਦੇ ਵੱਡੇ-ਵੱਡੇ ਲੀਡਰ ਆ ਕੇਂਦਰ ਦੇ ਮੰਤਰੀ ਰਹਿ ਚੁੱਕੇ ਆ ਕਈ ਕਿਹ ਸਾਲ ਐਮਪੀ ਰਹੇ ਆ ਉਹਨਾਂ ਨੇ ਕਦੇ ਇਹੋ ਜਿਹਾ ਅੱਗੇ ਮੁੱਦਾ ਨਹੀਂ ਉਠਾਇਆ ਕਿ ਪਾਰਟੀ ਦੀ ਵੋਟਰ ਲਿਸਟ ਜਾਰੀ ਕਰੋ ਕਿ ਪਾਰਟੀ ਦੇ ਕੇਂਦਰੀ ਪ੍ਰਧਾਨ ਵਾਸਤੇ ਵੋਟ ਕੌਣ-ਕੌਣ ਦੇ ਸਕਦਾ ਜੋ ਉਥੇ ਮਾਪੋਤ ਤੀ ਫੈਸਲਾ ਕਰ ਦਿੰਦੇ ਸੀ ਇਹ ਬਾਕੀ ਤੇ ਸਭ ਕਰਿੰਦੇ ਸਨ ਮਗਰ ਮੈਨੂੰ ਇਹ ਲੱਗਦੇ ਸੀ ਮੈਂ ਅੱਜ ਇਹ ਬਿਆਨ ਪੜਦਾ ਪਿਆ ਸਰ ਕਾਂਗਰਸ ਦੇ ਇੱਕ ਬਹੁਤ ਵੱਡੇ ਲੀਡਰ ਦਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਤੇ ਤੁਹਾਡੀ ਕਿੱਥੋਂ ਚੱਲਦੀ ਸੀ ਤੁਹਾਡੀ ਦਿੱਲੀ ਤੋਂ ਚੱਲਦੀ ਹੈ ਘੇਟਲੀ ਤੋਂ ਚੱਲਦੀ ਸੀ ਬਿਲਕੁਲ ਤੁਸੀਂ ਆਪਣਾ ਤਾਂ ਦੇਖ ਲਓ ਪਹਿਲਾਂ ਉਹ ਜਿਸ ਤਰ੍ਹਾਂ ਉੱਥੋਂ ਚੱਲਦੀ ਰਹੀ ਸਰਕਾਰ ਔਰ ਉਹਨਾਂ ਨੇ ਸਾਰੇ ਸੂਬਿਆਂ 'ਚ ਜਿਹੜਾ ਲੀਡਰ ਉੱਠਦਾ ਸੀ ਉਹਦੇ ਉੱਪਰ ਕੁੱਤਰ ਦਿੰਦੇ ਸੀ ਇਸ ਕਰਕੇ ਕਿ ਜਿਹੜਾ ਉਹਨਾਂ ਦਾ ਯੁਵਰਾਜ ਰਾਹੁਲ ਗਾਂਧੀ ਸੀ ਉਹਦੇ ਨਾਲ ਕੋਈ ਵੱਡਾ ਲੀਡਰ ਨਾ ਬਣ ਜਾਂਦਾ ਹੋਵੇ ਉਦੋਂ ਇੰਨਾ ਚੋ ਕਿਸੇ ਦੀ ਹਿੰਮਤ ਹੀ ਨਹੀਂ ਪਈ ਕਿ ਸੋਨੀਆ ਗਾਂਧੀ ਸਾਹਮਣੇ ਸਿਰ ਚੁੱਕ ਕੇ ਕਹਿਣ ਕਿ ਮੈडम ਤੁਸੀਂ ਕੁਝ ਜੋਕ ਕਰਦੇ ਪਿਓ ਠੀਕ ਕਰੋ ਸੋਨੀਆ ਗਾਂਧੀ ਜਦੋਂ ਉੱਭਰੀ ਸੀ ਉਹ 98 ਚ ਫਿਰ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਉਦੋਂ ਤੱਕ ਉਹਦਾ ਅਕਸ ਸਾਰੀ ਦੁਨੀਆ ਮੰਨਦੀ ਸੀ ਹੌਲੀ ਹੌਲੀ ਕਾਂਗਰਸ ਵੀ ਡੁੱਲ ਗਈ ਤੇ ਕਾਂਗਰਸ ਦੇ ਲੀਡਰ ਦਾ ਅਕਸ ਵੀ ਡੁੱਲ ਗਿਆ ਅੱਜ ਬੇ ਵਿਸ਼ਵਾਸੀ ਇੰਨੇ ਆ ਕੋਈ ਕਿਸੇ ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਮੰਗ ਹੁੰਦੀ ਪਈ ਹੈ ਕਿ ਚੋਣ ਬਾਅਦ ਚ ਕਰਿਓ ਪਹਿਲਾਂ ਇਹ ਦੱਸ ਦਿਓ ਕਿ ਚੋਣ ਕਰਨ ਲਈ ਪਾਰਟੀ ਦੇ ਵੋਟਰ ਕਿਹੜੇ ਕੜਿਆ ਇਹ ਉਹ ਮੁੱਦਾ ਜਿਹੜਾ ਪਿਛਲੇ 50 ਸਾਲਾਂ ਚ ਕਦੇ ਉੱਠਿਆ ਨਹੀਂ ਸ਼ਾਇਦ 60ਾਂ 17 ਸਾਲਾਂ ਚ ਨਹੀਂ ਉੱਠਿਆ ਹੁਣ ਉੱਠਣ ਲੱਗਾ ਪਰ ਸਰਵੇ ਭਰੋਸਾ ਕਰਨ ਚਾਹੇ ਨਾ ਪਰ ਸਾਡੇ ਦਰਸ਼ਕ ਜ਼ਰੂਰ ਕਰਦੇ ਨੇ ਕਿਉਂਕਿ ਖਬਰਾਂ ਬਿਲਕੁਲ ਤਹ ਤੱਕ ਜਾ ਕੇ ਤੁਸੀਂ ਜਾਣਕਾਰੀ ਦਿੰਦੇ ਹੋ ਬਾਕੀ ਹਰ ਰੋਜ਼ ਤਰ੍ਹਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਮੇਰੇ ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇਕਰ ਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ